ਅਸਲਾਮ ਅਲੈਕੁਮ ਦੋਸਤੋ ਤੁਸੀਂ ਦੇਖ ਰਹੇ ਹੋ ਹਸੀਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਮੀਰ ਹਮਜ਼ਾ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਹਸੀਨ ਪੰਜਾਬ ਟੀਵੀ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦਾ ਬਟਨ ਦਬਾਓ ਤਾਂ ਕਿ ਸਾਡੀ ਹਰ ਨਿਆਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਸਾਡੇ ਵੀਰਾਂ ਤੱਕ ਹਸਾਨੀ ਨਾਲ ਪਹੁੰਚ ਸਕੇ ਔਰ ਤੁਸੀਂ ਉਹ ਵੀਡੀਓ ਦੇਖੋ ਸਭ ਤੋਂ ਪਹਿਲੇ ਅੱਜ ਜਨਾਬ ਆਪਣੇ ਵੀਰਾਂ ਭਰਾਵਾਂ ਵਾਸਤੇ ਤੀਜੇ ਨਮਾਜ਼ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੀਸਰਾ ਸੂਹਾ ਸੁਣਾ ਕੈਮਰਾਮੈਨ ਸਾਹਿਬ ਜਾਨਵਰ ਦਿਖਾਣਗੇ ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਮਾਲਕਾ ਕੋਲ ਪੁੱਛਾਂਗੇ ਕਿ ਕਿੰਨੇ ਦਿਨ ਲੈਂਦੀ ਹੈ ਸੂਨ ਦੇ ਵਿੱਚ ਪਿਛਲੇ ਸਵੇ ਦੁੱਧ ਦਾ ਕੀ ਰਿਕਾਰਡ ਸੀ ਕੀ ਪਿਆਰ ਮੁਹੱਬਤ ਵਾਲੀ ਡਿਮਾਂਡ ਕਰਦੇ ਨੇ ਵੀਡੀਓ ਮੇਰੇ ਵੀਰਾਂ ਭਰਾਵਾਂ ਨੇ ਐਂਡ ਤੱਕ ਦੇਖਣੀ ਹੈ ਮਾਸ਼ੱਲਾ ਬੜ ਜੜੀ ਮੱਜ ਕੱਦ ਚੰਗਾ ਵੇਲ ਚੰਗੀ ਤੁੰਨੀ ਕੋੜੀ ਦਾ ਨਿਸ਼ਾਨ ਤੱਕ ਨਹੀਂ ਆਇਆ ਝੋਟੀ ਨੂੰ ਮਾਸ਼ੱਲਾ ਸਿਆਹ ਕਾਲੀ ਸਿਰ ਤੋਂ ਲੈ ਕੇ ਪੈਰਾਂ ਤੱਕ ਕਾਲੀਆਂ ਅੱਖਾਂ ਲੰਮੀ ਬੁੱਠੀ ਬੜੀ ਖੂਬਸੂਰਤ ਮੱਜ ਮਾਸ਼ੱਲਾ ਪਿਓਰ ਨੀਲੀ ਦੀ ਬਾਰੀਕ ਚਮੜੀ ਦੀ ਪੂਰੇ ਜਿਸਮ ਉਤੇ ਪਸ਼ਮ ਪੂਰਾ ਮੁਰਦਾ ਥਣ ਔਰ ਸੋਹਣੀਆਂ ਵਿਰਲਾ ਬਾਕੀ ਪੂਰੀ ਡਿਟੇਲ ਮਾਲਕਾ ਕੋਲੋਂ ਲਵਾਂਗੇ ਕਿ ਕਿੰਨੇ ਦਿਨ ਲੈਂਦੀ ਹੈ ਸੂਨ ਦੇ ਵਿੱਚ ਕੀ ਸਾਫ ਕਿਤਾਬ ਹੈ ਜਾਨਵਰ ਅੱਛੇ ਤਰੀਕੇ ਨਾਲ ਕੈਮਰਾਮੈਨ ਸਾਹਿਬ ਦਿਖਾਣਾ ਹੈ ਦੁਕਾਨ ਦੇ ਵਿੱਚ ਕੋਈ ਕਮੀ ਬੇਸ਼ੀ ਨਾ ਰਵੇ ਬਾਕੀ ਲੈਣ ਦੇ ਨੇ ਮੁਕੱਦਰ ਨੇ ਕੋਸ਼ਿਸ਼ ਕੀਤੀ ਦੀ ਹੈ ਕਿ ਆਪਣੇ ਵੀਰਾਂ ਭਰਾਵਾਂ ਨੂੰ ਅੱਛੇ ਤੋਂ ਅੱਛਾ ਜਾਨਵਰ ਦਿਖਾ ਸਕੀਏ ਬਾਕੀ ਲੈਣ ਦੇ ਨੇ ਮੁਕੱਦਰ ਨੇ ਇਹਨੂੰ ਪਹਿਜਨ ਖੋਲ ਕੇ ਟੋੜੋ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਸਾਡੀ ਖਸੂਸੀ ਰਿਕਵੈਸਟ ਏ ਹਰ ਰੋਜ਼ ਕੋਸ਼ਿਸ਼ ਕਰੀ ਦੀਏ ਕਿ ਅੱਛੇ ਤੋਂ ਅੱਛਾ ਜਾਨਵਰ ਆਪਣੇ ਵੀਰਾਂ ਭਰਾਵਾਂ ਨੂੰ ਦਿਖਾ ਸਕੀਏ ਬਾਕੀ ਲੈਨੇ ਤੇ ਨੇ ਮੁਕੱਦਰ ਨੇ ਮਾਸ਼ਾਅੱਲਾ ਤੀਸਰਾ ਸੂਆ ਮੱਜ ਨੇ ਸੁਣਾ ਤੁੰਨੀ ਦਾ ਨਿਸ਼ਾਨ ਤੱਕ ਨਹੀਂ ਆਇ ਮੱਜ ਨੂੰ ਕੈਮਰਾਮੈਨ ਭਾਵੇਂ ਥੱਲੇ ਲੰਮਾ ਵੀ ਪੈ ਜਾਵੇ ਤੁੰਨੀ ਨਹੀਂ ਲੱਗੀ ਮੱਜ ਨੂੰ ਮਾਸ਼ਾਅੱਲਾ ਇਹ ਚੀਜ਼ਾਂ ਨੀਲੀ ਦੀ ਨਿਸ਼ਾਨੀ ਹੁੰਦੀਆਂ ਨੇ ਥੰਡ ਦੇਖੋ ਪੂਰਾ ਮੁੱਠ ਦਾ ਥਾਣੇ ਲਾਟੂ ਤਰਾਂ ਕੱਲਾ ਕੱਲਾ ਥਣ ਲੱਗਿਆ ਹੋਇਆ ਹੈ ਬਾਰੀਕ ਚਮੜੀ ਦੀ ਮੱਜ ਮਾਸ਼ਾਅੱਲਾ ਬੜੀ ਖੂਬਸੂਰਤ ਵੇਟ ਬੜਾ ਕੱਦ ਚੰਗਾ ਸ਼ਾਜ਼ੋ ਡਾਲੇ ਜੀ ਦੀ ਮਾਸ਼ਾਅੱਲਾ ਮੱਜ ਹੈਗੀ ਏ ਖੂਨ ਰਤ ਬੜੀ ਮੱਜ ਤੇ ਟੌਰ ਬੜੀ ਨਵਾਬ ਮਾਸ਼ਾਅੱਲਾ ਘਰ ਦੀ ਮੱਜ ਏ ਕਿਸੇ ਵਪਾਰੀ ਕੋਲ ਨਹੀਂ ਖੜੀ ਕੋਸ਼ਿਸ਼ ਕਰੀ ਦੀਏ ਕਿ ਆਪਣੇ ਵੀਰਾਂ ਨੂੰ ਅੱਛਾ ਔਰ ਬਿਹਤਰੀਨ ਮਿਆਰੀ ਡੰਗਰ ਲੈ ਕੇ ਦਈਏ ਤਸੱਲੀ ਨਾਲ ਕੈਮਰਾਮੈਨ ਸਾਹਿਬ ਇਹਦਾ ਥਨ ਹਵਾਨਾ ਦਿਖਾਣਾ ਹੈ ਦਿਖਾਨ ਦੇ ਵਿੱਚ ਨਾ ਕੋਈ ਕਮੀ ਬੇਸ਼ੀ ਰਹਿ ਜਾਵੇ ਬੁੱਤੀ ਮਾਸ਼ਾਅੱਲਾ ਨਹੀਂ ਲੰਮੀ ਕੱਚ ਦੇ ਗਲਾਸ ਚ ਦੁੱਧ ਪਾਣੀ ਪੀ ਲਾਗੀ ਤੁਸੀਂ ਕੈਮਰਾਮੈਨ ਸਾਹਿਬ ਜਾਨਵਰ ਦਿਖਾਓ ਤੇ ਮੈਂ ਮਾਲਕਾਂ ਨਾਲ ਸਾਰੀਆਂ ਗੱਲਾਂ ਪਤਾ ਕਰ ਲੈਣਾ ਪੂਰੀ ਡਿਟੇਲ ਲੈ ਲੈਣਾ ਅਸਲਾਮੁਅਲੈਕਮ ਜੀ ਵਾਅਲੈਕੁਮ ਸਲਾਮ ਜੀ ਭਾਈ ਜਾਨ ਕੀ ਹਾਲ ਹੈ ਅੱਲਾ ਦਾ ਸ਼ੁਕਰ ਹੈ ਜੀ ਥੋੜਾ ਉੱਚਾ ਬੋਲੋ ਕੋਪਰੇਸ਼ਨ ਤਾਂ ਨਹੀਂ ਹੋਇਆ ਆਪਣਾ ਹਾਂ ਜੀ ਹਾਂ ਜੀ ਦੱਸੋ ਜੀ ਕੀ ਹੁਕਮ ਫਰਮਾ ਦੀ ਮਾਜ ਜਿਹੜੀ ਕੈਮਰਾਮੈਨ ਦਿਖਾ ਰਿਹਾ ਹੈ ਕਿਨਵਾ ਸੁਵੇ ਨੇ ਸੂਣਾ ਤੇ ਕਦੋਂ ਸੁੰਦੀ ਏ ਇਹਨੇ ਤੀਸਰਾ ਸੁਵਾ ਹੋਣੀ ਸੂਣਾ ਜੀ ਤੇ ਦੀ ਲੈਂਦੀ 7 ਤੋਂ 8 7 ਤੋਂ 8 ਦਿਨ ਮਜ਼ੀਦ ਲਾ ਜਾਏਗੀ ਹਾਂ ਬਿਲਕੁਲ ਅਜ ਪਿਛਲੇ ਸੁਵੇ 15 16 ਲੀਟਰ ਮੈਂ ਦੁੱਧ ਕਰਦੀ ਦੀ ਕਰਦੀ ਮਾਝੇ ਆਪਣੀ ਵਪਾਰ ਦੀ ਦਮਾਝ ਕੋਈ ਨਹੀਂ ਠੀਕ ਹੋ ਗਿਆ ਕੋਈ ਇਹਦਾ ਮਸਲਾ ਮਿਸਾਲ ਮੈਂ ਆਪਣੀ ਭਾਰਤਾ ਨਹੀਂ ਪਾਦੀ ਬਿਲਕੁਲ ਸਾਡੀ ਗਰੰਟੀ ਹੋਵੇਗੀ ਥਣਾ ਦੀ ਭਾਰ ਦੀ ਹਰ ਸ਼ੈ ਦੀ ਸਾਡੀ ਗਰੰਟੀ ਹੈ ਜੀ ਕੋਈ ਵਾਦਾ ਘਾਟਾ ਹੋ ਤਾਂ ਅਸੀਂ ਆ ਬੈਠੀ ਆ ਜੀ ਠੀਕ ਹੈ ਕਿੰਨੇ ਦਾ ਮੁੱਲ ਹੈ ਜੀ ਕਿੰਨੇ ਦੇ ਪੈਸੇ ਨੇ ਦੀਦ ਪਿਆਰ ਵਾਲੇ ਕਿੰਨੇ ਦੀ ਆਪਾਂ ਇਹ ਫਾਈਨਲ ਵੇਚਣੀ ਹੈ ਇਹ 3 ਲੱਖ ਤੇ 40 ਹਜ਼ਾਰਾਂ ਦਾ ਮੁੱਲ ਹੈ ਜੀ ਪੱਕਾ ਇਹ ਬਦਲੀ ਹੋ ਸਕਦੀ ਜਿਹੜੀ ਕਿਸੇ ਕਰਾਉਣੀ ਹੋਵੇ ਜੀ ਠੀਕ ਹੋ ਗਿਆ ਕਰਿਆ ਤਾਂ ਦੀਦਪਿਆਰ ਹੋ ਜਾਏਗਾ ਉਹ ਜੀ ਇਨਸ਼ਾਅੱਲਾ ਕਰਿਆ ਬੜਾ ਕਰਦੇ ਆਂਗੇ ਭੈਣ ਭਰਾ ਕੋਈ ਆਈ ਜਾਂਦਾ ਸੱਜਣਾ ਜੀ ਬਿਲਕੁਲ ਸਹੀ ਗੱਲ ਸੋਹਣੀ ਗੱਲ ਕੀਤੀ ਹੈ ਘਰ ਆਏ ਤਾਂ ਦੀਦਪਿਆਰ ਕਰਨਾ ਚਾਹੀਦਾ ਤੇ ਹੋਰ ਕੋਈ ਮਸਲਾ ਮਸਾਇਲ ਕਿਸੇ ਕਿਸਮ ਦਾ ਥਣਾ ਦਾ ਪਿੱਛੇ ਦਾ ਹਵਾਨੇ ਦੀ ਆਪਣੀ ਗਰੰਟੀ ਹੋਏਗੀ ਸਾਡੀ ਗਰੰਟੀ ਹਰ ਗੱਲ ਦੀ ਗਰੰਟੀ ਜੀ ਠੀਕ ਹੋ ਗਿਆ ਉਹ ਜਨਾਬ ਮਾਲਕਾਂ ਦੀਆਂ ਗੱਲਾਂ ਬਤਾ ਸੁਣ ਲਈਆਂ ਨੇ ਤੀਸਰਾ ਸੁਵਾ ਮੱਜ ਨੇ ਸੁਣਾ 7 ਤੋਂ 8 ਦਿਨ ਮਜ਼ੀਦ ਲੱਗ ਜਾਏਗੀ ਸੂਨ ਦੇ ਵਿੱਚ ਪਿਛਲੇ ਸੂਵੇ ਮਾਲਕਾਂ ਦੇ ਬਕੌਲ 15 ਤੋਂ 16 ਲੀਟਰ ਦੁੱਧ ਕਰਦੀ ਰਹੀ ਐ ਮੱਜ 3,40,000 ਰੁਪਏ ਦੀ ਡਿਮਾਂਡ ਕੀਤੀ ਐ ਦੀਦ ਪਿਆਰ ਹੋ ਜਾਏਗਾ ਔਰ ਅਸੀਂ ਇਨਸ਼ਾਅੱਲਾ ਤਾਲਾ ਕਰਵਾਵਾਂਗੇ ਜਿਸ ਤੋਂ ਤੱਕ ਹੋ ਸਕਿਆ ਅਗਰ ਕਿਸੇ ਵੀਰ ਭਰਾ ਨੇ ਜਾਨਵਰ ਖਰੀਦਣਾ ਹੈ ਰਾਪਤਾ ਨੰਬਰ 03126122054 03126122054 ਇਸੇ ਨੰਬਰ ਤੇ ਵਟਸਐਪ ਬਣੀਏ ਅਗਰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਜ਼ਿੰਦਗੀ ਰਹੀ ਤਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਅਮੀਰ ਰਮਜ਼ਾਨ ਉਦੋਇ ਇਜਾਜ਼ਤ ਅਲਾ ਹਫਿਜ਼